BC ਦਾ ਬਜਟ 2024 ਕਈ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੇਸ਼ ਕੀਤਾ ਗਿਆ। BC ਵਾਸੀਆਂ ਦੇ ਰੋਜ਼ਾਨਾ ਖਰਚਿਆਂ ਦੇ ਵਿੱਚ ਮਦਦ ਕਰਨਾ, ਵਧੇਰੇ ਘਰ ਤੇਜ਼ੀ ਨਾਲ ਉਪਲਬਧ ਕਰਾਉਣਾ, ਸਿਹਤ ਸੰਭਾਲ ਤੇ ਸੇਵਾਵਾਂ ਨੂੰ ਮਜ਼ਬੂਤ ਕਰਨਾ ਤੇ ਵਾਤਾਵਰਣ ਪੱਖੋਂ ਸਾਫ਼ ਸੁਥਰੀ ਆਰਥਿਕਤਾ ਦਾ ਨਿਰਮਾਣ ਕਰਨਾ ਇਸ ਵਿੱਚ ਸ਼ਾਮਿਲ ਹੈ। ਬਜਟ 2024 ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਹੋਰ ਵਧੀਆ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਮਹੱਤਵਪੂਰਨ ਨਿਵੇਸ਼ ਕਰਨ ਦੇ ਨਾਲ-ਨਾਲ ਤੁਰੰਤ ਸਹਿਯੋਗ ਵੀ ਪ੍ਰਦਾਨ ਕਰਦਾ ਹੈ। ਇਹ ਯਕੀਨੀ ਬਣਾਉਣ ਦੇ ਲਈ ਕਿ ਰਿਹਾਇਸ਼ ਨੂੰ ਲੋਕਾਂ ਲਈ ਕਰਾਂ ਵਜੋ ਵਰਤਿਆ ਜਾਂਦਾ ਹੈ 2025 ਤੋਂ ਸੂਬਾ ਇੱਕ ਫਲਿੱਪਿੰਗ ਟੈਕਸ ਜਿਹੜਾ ਹੈ ਉਹ ਪੇਸ਼ ਕਰ ਰਿਹਾ ਹੈ ਤਾਂ ਜੋ ਸਟੇ ਬਾਜ਼ਾਂ ਤੇ ਰਿਹਾਇਸ਼ਾਂ ਦੀਆਂ ਕੀਮਤਾਂ ਨੂੰ ਵਧਾਉਣ ਵਾਲਿਆਂ ਤੇ ਹੋਰ ਕਾਰਵਾਈ ਕੀਤੀ ਜਾ ਸਕੇ ਬਜਟ 2024 ਉਹਨਾਂ ਵੱਡੀਆਂ ਚੁਣੌਤੀਆਂ ਦੇ ਨਾਲ ਨਜਿੱਠਦਾ ਹੈ ਜਿਨ੍ਹਾਂ ਦਾ ਲੋਕ ਅੱਜ ਸਾਹਮਣਾ ਕਰ ਰਹੇ ਨੇ ਉਹਨਾਂ ਵਿੱਚ ਰੋਜ਼ਾਨਾ ਖਰਚਿਆਂ ਵਿੱਚ ਮਦਦ ਕਰਨਾ ਵਧੇਰੇ ਘਰ ਹੋਰ ਤੇਜ਼ੀ ਨਾਲ ਉਪਲਬਧ ਕਰਾਉਣਾ ਸਿਹਤ ਸੰਭਾਲ ਤੇ ਸੇਵਾਵਾਂ ਨੂੰ ਮਜ਼ਬੂਤ ਕਰਨਾ ਤੇ ਵਾਤਾਵਰਣ ਪੱਖੋਂ ਸਾਫ਼ ਸੁਥਰੀ ਆਰਥਿਕਤਾ ਦਾ ਨਿਮਾਰਕ ਕਰਨਾ ਸ਼ਾਮਿਲ ਹੈ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਵਿੱਤ ਮੰਤਰੀ ਕੈਥਰਿਨ ਕੌਨਰੋਏ ਵੱਲੋਂ ਜਿਨ੍ਹਾਂ ਕਿਹਾ ਕਿ ਅਸੀਂ ਬੇਸ਼ੱਕ ਜਿੱਥੇ ਵੀ ਰਹੀਏ ਸ਼ਹਿਰ ਕਸਬੇ ਪੇਂਡੂ ਇਲਾਕੇ ਜਾਂ ਫਰਸਟ ਨੇਸ਼ਨ ਕਮਿਊਨਿਟੀ ਵਿੱਚ ਅਸੀਂ ਸਾਰੇ ਇੱਕ ਵਧੀਆ ਕਫਾਇਤੀ ਘਰ ਵਧੀਆ ਸਿਹਤ ਸੰਭਾਲ ਲੋੜ ਪੈਣ ਤੇ ਮਦਦ ਲਈ ਹਰ ਕਿਸੇ ਲਈ ਮੌਕਿਆਂ ਨਾਲ ਭਰਪੂਰ ਮਜ਼ਬੂਤ ਭਵਿੱਖ ਵੀ ਜ਼ਰੂਰ ਚਾਹੁੰਦੇ ਆ ਮਹਿੰਗਾਈ ਤੇ ਉੱਚ ਵਿਆਜ ਦਰਾਂ ਵਰਗੀਆਂ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਚੱਲਦਿਆਂ ਅਸੀਂ ਵੱਡੀਆਂ ਚੁਣੌਤੀਆਂ ਨਾਲ ਜੇਠ ਰਹੇ ਹਾਂ ਤੇ ਲੋਕਾਂ ਨੂੰ ਬੀਸੀ ਵਿੱਚ ਚੰਗਾ ਜੀਵਨ ਗੁਜ਼ਾਰਨ ਵਿੱਚ ਸਹਿਯੋਗ ਵੀ ਦੇ ਰਹੇ ਹਾਂ ਬਜਟ 2024 ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਹੋਰ ਉਜਵਲ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਮਹੱਤਵਪੂਰਨ ਨਿਵੇਸ਼ ਕਰਨ ਦੇ ਨਾਲ ਨਾਲ ਤੁਰੰਤ ਸਹਿਯੋਗ ਵੀ ਪ੍ਰਦਾਨ ਕਰਦਾ ਹੈ ਵਿਸ਼ਵ ਵਪਾਰ ਦੇ ਵਿੱਚ ਮਹਿੰਗਾਈ ਦੇ ਪ੍ਰਭਾਵਾਂ ਦੇ ਚੱਲਦਿਆਂ ਲੋਕਾਂ ਦੀ ਮਦਦ ਕਰਨ ਲਈ ਬੀਸੀ ਫੈਮਿਲੀ ਬੈਨੀਫਿਟ ਬੋਨਸ ਦਾ ਮਤਲਬ ਵਧੇਰੇ ਪਰਿਵਾਰਾਂ ਲਈ ਵਧੇਰੇ ਪੈਸਾ ਹੋਵੇਗਾ 2024 ਵਿੱਚ 340000 ਤੋਂ ਵੱਧ ਪਰਿਵਾਰਾਂ ਨੂੰ ਉਹਨਾਂ ਦੇ ਮਹੀਨਾਵਾਰ ਫੈਮਿਲੀ ਬੈਨੀਫਿਟ ਦੇ ਨਾਲ 25% ਬੋਨਸ ਮਿਲੇਗਾ ਇਸ ਦੇ ਵਿੱਚ ਅੰਦਾਜ਼ਨ 66000 ਪਰਿਵਾਰ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਪਹਿਲਾਂ ਬੀਸੀ ਫੈਮਿਲੀ ਬੈਨੀਫਿਟ ਨਹੀਂ ਮਿਲਿਆ ਇੱਕ ਵਾਰ ਦਾ ਬੀਸੀ ਇਲੈਕਟ੍ਰਿਸਿਟੀ ਅਫੋਰਡੇਬਿਲਟੀ ਕ੍ਰੈਡਿਟ ਜਿਹੜਾ ਹੈ ਉਹ ਆਉਣ ਵਾਲੇ ਸਾਲ ਵਿੱਚ ਲੋਕਾਂ ਤੇ ਕਾਰੋਬਾਰਾਂ ਦੇ ਲਈ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਵਿੱਚ ਮਦਦ ਕਰੇਗਾ ੈਂਪਲੋਇਰ ਹੈਲਥ ਟੈਕਸ ਜਿਹੜਾ ਹੈ ਉਹ ਛੋਟ ਦੀ ਸੀਮਾ ਡਾਲਰ 5 ਲੱਖ ਤੋਂ ਦੁੱਗਣੀ ਹੋ ਕੇ 1 ਡਾਲਰ 1 ਮਿਲੀਅਨ ਹੋ ਜਾਵੇਗੀ ਜਿਸ ਨਾਲ ਹੀ ਛੋਟ ਤੇ ਵਧ ਰਹੇ ਕਾਰੋਬਾਰਾਂ ਨੂੰ ਮਹਿੰਗਾਈ ਤੇ ਲੇਬਰ ਦੀ ਘਾਟ ਦੇ ਪ੍ਰਭਾਵਾਂ ਨਾਲ ਵੀ ਸਹਾਇਤਾ ਮਿਲੇਗੀ ਇਹ ਯਕੀਨੀ ਬਣਾਉਣ ਲਈ ਕਿ ਰਿਹਾਇਸ਼ਾਂ ਨੂੰ ਲੋਕਾਂ ਲਈ ਘਰਾਂ ਵਜੋਂ ਵਰਤਿਆ ਜਾਂਦਾ ਹੈ 2025 ਤੋਂ ਸੂਬਾ ਇੱਕ ਫਲਿੱਪਿੰਗ ਟੈਸਟ ਟੈਕਸ ਜਿਹੜਾ ਉਹ ਪੇਸ਼ ਕਰ ਰਿਹਾ ਹੈ ਤਾਂ ਜੋ ਸੱਟੇ ਬਾਜ਼ਾਂ ਤੇ ਰਿਹਾਇਸ਼ਾਂ ਦੀਆਂ ਕੀਮਤਾਂ ਨੂੰ ਵਧਾਉਣ ਵਾਲਿਆਂ ਤੇ ਹੋਰ ਕਾਰਵਾਈ ਕੀਤੀ ਜਾ ਸਕੇ ਫਰਸਟ ਟਾਈਮ ਹੋਮ ਬਾਇਰਸ ਪ੍ਰੋਗਰਾਮ ਦਾ ਵਿਸਾਰਕਰਨ ਨਾਲ ਵਧੇਰੇ ਲੋਕਾਂ ਨੂੰ ਆਪਣਾ ਪਹਿਲਾ ਘਰ ਖਰੀਦਣ ਵੇਲੇ ਵਧੇਰੇ ਪੈਸੇ ਬਚਨ ਦੇ ਨਾਲ ਮਦਦ ਮਿਲੇਗੀ ਤੇ ਹੋਰ ਟੈਕਸ ਤਬਦੀਲੀਆਂ ਨਵੇਂ ਘਰ ਵਿੱਚ ਕਿਰਾਏ ਦੀਆਂ ਰਿਹਾਇਸ਼ਾਂ ਦੀ ਉਸਾਰੀ ਦੀ ਲਾਗਤ ਨੂੰ ਘਟ ਕਰਨਗੀਆਂ ਬੀਸੀ ਬਿਲਡਰਸ ਵਿੱਚ ਨਵੇਂ ਨਿਵੇਸ਼ ਘਟ ਵਰਤੋ ਵਾਲੀ ਜ਼ਮੀਨ ਘਟ ਲਾਗਤ ਵਾਲੀ ਫਾਈਨਾਂਸਿੰਗ ਅਤੇ ਮੱਦ ਆਮਦਨੀ ਵਾਲੇ ਲੋਕਾਂ ਤੇ ਪਰਿਵਾਰਾਂ ਲਈ ਵਧੇਰੇ ਘਰ ਪ੍ਰਦਾਨ ਕਰਨ ਲਈ ਗਰਾਂਟਾਂ ਨੂੰ ਇਕੱਠੇ ਕਰਕੇ ਰਿਹਾਇਸ਼ਾਂ ਦੇ ਵਿਕਾਸ ਨੂੰ ਤੇਜ਼ ਕਰਨਗੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਸ਼ਵਵਿਆਪੀ ਚੁਣੌਤੀਆਂ ਨਾਲ ਲੜੇਟਣ ਲਈ ਸਾਨੂੰ ਸੇਵਾਵਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਆਪਣਾ ਖਿਆਲ ਆਪ ਰੱਖਣ ਲਈ ਛੱਡ ਦੇਣਾ ਚਾਹੀਦਾ ਹੈ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਇਕੱਠੇ ਮਿਲ ਕੇ ਕੰਮ ਕਰਦੇ ਹਾਂ ਤੇ ਅਸੀਂ ਹੋਰ ਮਜ਼ਬੂਤ ਹਾਂ ਬਜਟ 2024 BC ਦੀ ਮਜ਼ਬੂਤ ਨੀਤੀ ਦੇ ਆਧਾਰ ਤੇ ਅੱਗੇ ਵਧਦੇ ਹੋਏ ਲੋਕਾਂ ਨੂੰ ਲੋੜੀਂਦੇ ਹਸਪਤਾਲ ਸਕੂਲ ਤੇ ਘਰ ਮੁਹੱਈਆ ਕਰਵਾਏਗਾ BC ਦੀ ਆਬਾਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਤੇ ਆਬਾਦੀ ਦੀ ਉਮਰ ਵੀ ਵਧ ਰਹੀ ਹੈ। ਉਹਨਾਂ ਸੇਵਾਵਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਣ ਲਈ ਜਿਨ੍ਹਾਂ ਤੇ ਲੋਕ ਨਿਰਭਰ ਨੇ, ਬਜਟ 2024 ਸਿਹਤ ਸੰਭਾਲ ਵਿੱਚ ਮਹੱਤਵਪੂਰਨ ਨਿਵੇਸ਼ ਕਰਦਾ ਹੈ, ਜਿਸ ਵਿੱਚ BC ਦੀ 10 ਸਾਲਾਂ ਕੈਂਸਰ ਯੋਜਨਾ ਨੂੰ ਅੱਗੇ ਵਧਾਉਣਾ ਤੇ ਸਿਹਤ ਸੰਭਾਲ ਕਾਰਜਬਲ ਅਤੇ ਉਹਨਾਂ ਸੇਵਾਵਾਂ ਵਿੱਚ ਵਾਧਾ ਕਰਨਾ ਸ਼ਾਮਲ ਹੈ ਜੋ ਬਜ਼ੁਰਗਾਂ ਦੇ ਜੀਵਨ ਵਿੱਚ ਸੁਧਾਰ ਕਰਨ ਗਿਆ ਤੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਹੋਰ ਲੰਬੇ ਸਮੇਂ ਤੱਕ ਸੁਰੱਖਿਅਤ ਢੰਗ ਨਾਲ ਰਹਿਣ ਦੇ ਯੋਗ ਬਣਾਉਣ ਗਿਆ। ਹੋਰ ਕੋਈ ਜੋ ਪਰਿਵਾਰ ਸ਼ੁਰੂ ਕਰਨਾ ਚਾਹੁੰਦਾ ਹੈ ਉਸ ਦੇ ਕੋਲੇ ਮੌਕਾ ਹੋਵੇਗਾ ਕੁਝ ਲੋਕਾਂ ਲਈ ਇਹਦੇ ਵਿੱਚ ਇਨ ਵਿਟ੍ਰੋ ਫਰਟੀਲਾਈਜੇਸ਼ਨ ਉਹਨਾਂ ਦੇ ਲਈ ਉਪਲਬਧ ਕੁਝ ਜਾਂ ਇਕੱਲੇ ਵਿਕਲਪ ਵਿੱਚੋਂ ਹੈ ਜੋ ਕਿਸੇ ਨੂੰ ਬੱਚਾ ਪੈਦਾ ਕਰਨ ਦੇ ਅਫਸਰ ਤੋਂ ਮਹਿਰੂਮ ਨਹੀਂ ਕੀਤਾ ਜਾਵੇਗਾ ਤੇ ਉਹ ਭਾਵੇਂ ਕਿੰਨੇ ਵੀ ਪੈਸੇ ਕਮਾਉਂਦੇ ਹੋਣ ਉਹ ਕਿਸੇ ਨੂੰ ਵੀ ਪਿਆਰ ਕਰਦੇ ਹੋਣ ਜਾਂ ਉਹਨਾਂ ਦਾ ਕੋਈ ਵੀ ਸਾਥੀ ਹੋਵੇ 2025 ਤੋਂ ਲੋਕ ਇਨ ਵਿਟ੍ਰੋ ਫਰਟੀਲਾਈਜੇਸ਼ਨ ਦੇ ਇੱਕ ਸਾਈਕਲ ਦੇ ਲਈ ਮੁਫਤ ਪਹੁੰਚ ਕਰਨ ਦੇ ਯੋਗ ਹੋਣਗੇ ਵਧਦੀ ਆਬਾਦੀ ਦਾ ਮਤਲਬ ਹੈ ਸਕੂਲ ਦੇ ਵਿੱਚ ਵਧੇਰੇ ਬੱਚੇ ਇਹੀ ਕਾਰਨ ਹੈ ਕਿ ਬਜਟ 2024 ਵਿੱਚ ਸਕੂਲਾਂ ਤੇ ਖੇਡ ਦੇ ਮੈਦਾਨਾਂ ਨੂੰ ਬਣਾਉਣ ਦੇ ਲਈ ਉਹਨਾਂ ਦੀ ਮੁਰੰਮਤ ਕਰਨ ਲਈ ਤੇ ਪੁਚਾਲ ਤੋਂ ਬਚਾਦਿਆਂ ਅਪਗ੍ਰੇਡ ਕਰਨ ਲਈ ਰਿਕਾਰਡ ਪੱਧਰ ਦੇ ਨਿਵੇਸ਼ਾਂ ਦੇ ਨਾਲ ਨਾਲ ਸਪੈਸ਼ਲ ਐਜੂਕੇਸ਼ਨ ਦੇ ਅਧਿਆਪਕਾਂ ਅਕਾਡਰ ਟੀਚਰ ਸਾਈਕੋਲੋਜਿਸਟ ਅਤੇ ਕਾਉਂਸਲਰਾਂ ਸਮੇਤ ਨਵੇਂ ਅਧਿਆਪਕਾਂ ਤੇ ਸਹਾਇਕ ਸਟਾਫ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਬਜਟ ਵਿੱਚ ਅਗਲੇ 3 ਸਾਲਾਂ ਵਿੱਚ ਸਕੂਲਾਂ ਪੋਸਟ ਸੈਕੰਡਰੀ ਫੈਸਿਲਿਟੀਆਂ ਰਿਹਾਇਸ਼ਾਂ ਸਿਹਤ ਸੰਭਾਲ ਫੈਸਿਲਿਟੀਆਂ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਲਈ ਰਿਕਾਰਡ ਪੱਧਰ ਤੇ ਡਾਲਰ 43 ਮਿਲੀਅਨ ਦੀ ਪੂੰਜੀ ਨਾਲ ਫੰਡਿੰਗ ਪ੍ਰਦਾਨ ਜਿਹੜੀ ਹੈ ਉਹ ਕੀਤੀ ਜਾਏਗੀ ਨਵੀਂ ਮਹੱਤਵਪੂਰਨ ਫੰਡਿੰਗ ਬੀਸੀ ਵਿੱਚ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਕੁਦਰਤੀ ਆਫਤਾਂ ਦੇ ਸਮੇਂ ਆਪਣਾ ਘਰ ਛੱਡ ਕੇ ਜਾਣ ਵਾਲੇ ਲੋਕਾਂ ਲਈ ਵਸੀਲਿਆਂ ਨੂੰ ਮਜ਼ਬੂਤ ਕਰਨ ਜੰਗਲੀ ਅੱਗਾਂ ਦੀ ਰੋਕ-थाम ਤੇ ਪ੍ਰਤੀਕਿਰਿਆਵਾਂ ਵਿੱਚ ਸੁਧਾਰ ਕਰਨ ਤੇ ਸੋਕੇ ਦੀ ਸਥਿਤੀ ਵਿੱਚ ਸੁਧਾਰ ਕਰਕੇ ਜਲਵਾਯੂ ਐਮਰਜੈਂਸੀ ਨੂੰ ਘਟਾਉਣ ਤੇ ਬਿਹਤਰ ਢੰਗ ਨਾਲ ਜਠਣ ਵਿੱਚ ਸਹਾਇਤਾ ਕਰੇਗੀ। ਬਜਟ 2024 ਸਾਰਿਆਂ ਲਈ ਮਜ਼ਬੂਤ ਬੀਸੀ ਬਣਾਉਣ ਵਿੱਚ ਮਦਦ ਕਰਨ ਲਈ ਹਾਲ ਹੀ ਦੇ ਬਜਟਾਂ ਵਿੱਚ ਕੀਤੇ ਗਏ ਨਿਵੇਸ਼ਾਂ ਤੇ ਆਧਾਰਿਤ ਹੈ ਜਿਸ ਵਿੱਚ ਸੇਵਾਵਾਂ ਦੀਆਂ ਮੌਜੂਦਾ ਲੋੜਾਂ ਤੇ ਨਵੀਆਂ ਤਰਜੀਹਾਂ अनु सहयोग देने ਲਈ 3 ਸਾਲਾਂ ਵਿੱਚ ઓપરેટિંગ ਫੰਡਿੰਗ ਵਿੱਚ ਡਾਲਰ 13 ਬਿਲੀਅਨ ਸ਼ਾਮਿਲ ਹੈ ਵਿੱਤੀ ਯੋਜਨਾ ਦੌਰਾਨ ਅਨੁਮਾਨਿਤ ਘਾਟਾ 2024-25 ਵਿੱਚ ਡਾਲਰ 7.9 ਬਿਲੀਅਨ ਤੋਂ ਘਟ ਕੇ 2026-27 ਦੇ ਵਿੱਚ ਡਾਲਰ 6.3 ਬਿਲੀਅਨ ਰਹਿ ਜਾਂਦਾ ਹੈ ਕਰਜ਼ਾ ਵਧਨ ਦਾ ਅਨੁਮਾਨ ਲਗਾਇਆ ਜਾਂਦਾ ਹੈ ਪਰ ਵਾਧਾ ਕਫਾਇਤੀ ਸੀਮਾ ਵਿੱਚ ਰਹੇਗਾ ਨਿਊਜ਼ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੋਲੀਬੈਨੋ ਬਿਲ ਸੇ ਚਟਕਾ ਦਿੱਤਾ ਜੋ ਪੂਰਨ ਬ੍ਰਾਊਜ਼ ਦੇ ਲਈ ਡਿਜੀਟਲ ਆਈਡੀ ਦੀ ਸ਼ੁਰੂਆਤ ਕਰ ਸਕਦੇ ਨੇ ਟਰੂਡੋ ਕਹਿੰਦੇ ਨੇ ਕਿ ਉਹ ਵੈਬਸਾਈਟਾਂ ਨੂੰ ਬ੍ਰਾਊਜ਼ ਦੇ ਡਿਜੀਟਲ ਆਈਡੀ ਦੀ ਸ਼ੁਰੂਆਤ ਕਰ ਸਕਦੇ ਨੇ ਇਸ ਮੁੱਦੇ ਦੇ ਉੱਤੇ ਕੰਜ਼ਰਵੇਟਿਵ ਤੇ ਲਿਬਰਲ ਇੱਕ ਦੂਜੇ ਤੇ ਤਿੱਖੇ ਟਿੱਪਣੀ ਕਰ ਰਹੇ ਨੇ ਦੱਸ ਦੇ ਕਿ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਨੇ ਦਰਅਸਲ ਕਿਹਾ ਸੀ ਕਿ ਮੌਜੂਦਾ ਸਰਕਾਰ ਨੂੰ ਪੂਰਨ ਸਾਈਟਾਂ ਲਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਦੇ ਉੱਤੇ ਉਮਰ ਪਛਾਣ ਜਿਹੜੇ ਬਾਲਗ ਨੇ ਉਹ ਆਪਣੀ ਭਰ ਸਕਣ ਤਾਂ ਕਿ ਮਾਈਨਰ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਾਇਆ ਜਾ ਸਕੇ ਟ੍ਰੋਡ ਨੇ ਕਿਹਾ ਹੈ ਕਿ ਪੀਰੇ ਪੋਲੀਵਰ ਉਹਨਾਂ ਦੇ ਆਉਣ ਵਾਲੇ ਕਾਨੂੰਨ ਲਈ ਝੂਠਾ ਝੂਠੀ ਗੱਲ ਫੈਲਾ ਰਹੇ ਨੇ ਉਹਨਾਂ ਕਹੇ ਕਿ ਬਿਲ ਜਿਹੜਾ ਬੱਚਿਆਂ ਨੂੰ ਸੈਕਸ਼ੂਅਲ ਐਕਸੋਰਟੇਸ਼ਨ ਇੰਟਰਨੈਟ ਬੁੱਲਿੰਗ ਤੋਂ ਬਚਾਵੇਗਾ ਉਹ ਜਲਦ ਹੀ ਪੇਸ਼ ਕੀਤਾ ਜਾਏਗਾ ਜਸਟਨ ਟਰੂਡੋ ਨੇ ਸੈਨੇਟ ਦੇ ਇੱਕ ਪੂਰਨ ਬਿੱਲ ਨੂੰ ਲੈ ਕੇ ਆਪਣੇ ਮੁੱਖ ਰਾਜਨੀਤਿਕ ਵਿਰੋਧੀ ਤੇ ਇੱਕ ਚਟਕਾ ਦਿੱਤਾ ਹੈ ਜਿਸ ਬਾਰੇ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਉਹ ਬਾਲਗਾਂ ਦੇ ਲਈ ਇੱਕ ਡਿਜੀਟਲ ਆਈਡੀ ਦੀ ਸ਼ੁਰੂਆਤ ਤੱਕ ਕਰ ਸਕਦੇ ਨੇ ਟਰੂਡੋ ਨੇ ਨੋਮਾਸ ਕੋਸ਼ੀਆ ਦੇ ਵਿੱਚ ਇਹ ਟਿੱਪਣੀਆਂ ਕੀਤੀਆਂ ਜਿਸ ਵਿੱਚ ਕੰਜ਼ਰਵੇਟਿਵ ਆਗੋ ਪੀਰੇ ਪੋਲੀਵਰ ਦੇ ਉਤੇ ਲਿਬਰਲ ਸਰਕਾਰ ਦੇ ਆਉਣ ਵਾਲੇ ਆਨਲਾਈਨ ਨੁਕਸਾਨਬਾਦੇ ਹਾਰਮਜ਼ ਲੈਜਿਸਲੇਸ਼ਨ ਬਾਰੇ ਝੂਠ ਫੈਲਾਉਣ ਦਾ ਦੋਸ਼ ਵੀ ਲਾਇਆ ਹੈ ਬਿੱਲ ਜਿਸ ਬਾਰੇ ਟਰੂਡੋ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇੰਟਰਨੈਟ ਤੇ ਜੈਂਸੀ ਸੋਸ਼ੀਅਨ ਦੇ ਧੱਕੇਸ਼ਾਹੀ ਤੋਂ ਬਚਾਉਣ ਲਈ ਕੇਂਦ੍ਰਿਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਪੋਲੀਵਰ ਨੇ ਬੁੱਧਵਾਰ ਨੂੰ ਕਿਹਾ ਕਿ ਆਨਲਾਈਨ ਨੁ ਟਰੂਡੋ ਦੇ ਤਾਨਾਸ਼ਾਹੀ ਏਜੰਡੇ ਦਾ ਹਿੱਸਾ ਹੈ ਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲਾ ਹੈ। ਟਰੂਡੋ ਦਾ ਇਲਜ਼ਾਮ ਹੈ ਕਿ ਪੋਲੀਵਰ ਨੇ ਅਜੇ ਤੱਕ ਬਿਲ ਨਹੀਂ ਦੇਖਿਆ ਤੇ ਗੰਭੀਰ ਕਾਨੂੰਨ ਦਾ ਪ੍ਰਸਤਾਵ ਕਰਨ ਦੀ ਬਜਾਏ ਕੰਜ਼ਰਵੇਟਿਵ ਪ੍ਰਸਤਾਵ ਕਰ ਰਹੇ ਨੇ ਕਿ ਬਾਲਗ ਜਿਹੜੇ ਨੇ ਉਹ ਇਸ ਦੇ ਉੱਤੇ ਵੈਬ ਤੇ ਉੱਤੇ ਬ੍ਰਾਊਜ਼ ਨੂੰ ਆਪਣੀ ਜਾਣਕਾਰੀ ਵੀ ਜ਼ਰੂਰ ਸੌਂਪਣ। ਬਿਲ S 210 ਨੂੰ ਉਪਭੋਗਤਾਵਾਂ ਦੀ ਉਮਰ ਦੀ ਪੁਸ਼ਟੀ ਕਰਨ ਲਈ ਪੂਰਨ ਸਾਈਟਾ ਦੀ ਲੋਡ ਹੋਵੇਗੀ ਤੇ ਲਾਗੂ ਕਰਨ ਦੇ ਵਿਕਲਪਾਂ ਵਿੱਚ ਇੱਕ ਡਿਜੀਟਲ ਆਈਡੀ ਜਾਂ ਉਪਭੋਗਤਾ ਦੇ ਚਿਹਰੇ ਦਾ ਇੱਕ ਵੈਬਕੈਮ ਸਕੈਨ ਸ਼ਾਮਿਲ ਹੋ ਸਕਦਾ ਹੈ ਕੰਜ਼ਰਵੇਟਿਵਾ ਦਾ ਕਹਿਣਾ ਹੈ ਕਿ ਉਹ ਬਿੱਲ ਦੇ ਸਮਰਥਨ ਦੇ ਬਾਵਜੂਦ ਦੋ ਤਰੀਕਿਆਂ ਦੇ ਵਿਰੋਧ ਨੇ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਵੈਂਕੂਵਰ ਦੇ ਵਿੱਚ ਅੱਗ ਬੁਝਾਉਣ ਵਾਲਿਆਂ ਦੇ ਲਈ ਇਹ ਇੱਕ ਬਹੁਤ ਵਿਅਸਤ ਲੌਂਗ ਵੀਕਐਂਡ ਸੀ ਜੋ ਕਹਿੰਦੇ ਨੇ ਕਿ ਉਹਨਾਂ ਨੇ ਮਦਦ ਲਈ 800 ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ ਜਿਸ ਵਿੱਚ ਲਗਭਗ 30 ਦਰਜ ਅਗਾ ਸ਼ਾਮਿਲ ਹੈ ਪਬਲਿਕ ਇਨਫੋਰਮੇਸ਼ਨ ਅਫਸਰ ਦਾ ਕਹਿਣਾ ਹੈ ਕਿ ਇਹ ਲੌਂਗ ਵੀਕਐਂਡ ਥੋੜਾ ਨਵਾਂ ਪਰ ਠੀਕ ਹੀ ਰਿਹਾ ਉਹਨਾਂ ਕਹਿੰਦੇ ਕਿ ਜ਼ਿਆਦਾਤਰ ਲੌਂਗ ਵੀਕਐਂਡ ਦੇ ਦੌਰਾਨ ਜਿੱਥੇ ਲੋਕ ਜ਼ਿਆਦਾ ਹੋਣ ਸੜਕਾਂ ਤੇ ਵੀ ਬਾਹਰ ਨਿਕਲਦੇ ਹੋਣ ਤਾਂ ਉੱਥੇ ਦੁਰਘਟਨਾਵਾਂ ਹੋ ਜਾਂਦੀਆਂ ਨੇ ਜਿਵੇਂ ਕਿ ਕਾਰ ਦੁਰਘਟਨਾਵਾਂ ਅੱਗ ਲੱਗਣਾ ਅਲਾਰਮ ਕਾਲਾਂ ਮੈਡੀਕਲ ਲਈ ਕਾਲਾਂ ਤੇ ਸਭ ਬਹੁਤ ਜ਼ਿਆਦਾ ਵਧ ਜਾਂਦਾ ਹੈ ਜਿਸ ਲਈ ਅਸੀਂ ਖਾਸ ਤੌਰ ਦੇ ਉੱਤੇ ਤਿਆਰ ਵੀ ਰਹਿੰਦੇ ਆ ਪਰ ਵੈਨਕੂਵਰ ਵੱਦੀ ਮੰਗਾ ਦੇ ਉੱਤੇ ਆਬਾਦੀ ਦੇ ਨਾਲ ਵੱਧੀ ਆਬਾਦੀ ਨਾਲ ਨਜਿੱਠਣ ਲਈ ਸਰਗਰਮੀ ਨਾਲ ਪਰਤੀ ਜਿਹੜੇ ਆ ਉਹ ਆਪਣੇ ਚਾਲਕ ਦਲ ਨੂੰ ਵੀ ਕਰ ਰਿਹਾ ਹੈ ਵਾਤਾਵਰਣ ਮੰਤਰੀ ਸਟੀਫਨ ਗਲਬອດ ਨੂੰ ਟ੍ਰਾਂਸਪੋਰਟੇਸ਼ਨ ਕਮੇਟੀ ਦੇ ਹਾਲ ਹੀ ਦੀਆਂ ਟਿੱਪਣੀਆਂ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਲਿਬਰਲ ਸਰਕਾਰ ਦੇਸ਼ ਭਰ ਦੇ ਵਿੱਚ ਨਵੀਆਂ ਸੜਕਾਂ ਨੂੰ ਫੰਡ ਦੇਣਾ ਬੰਦ ਕਰ ਦੇਵੇਗੀ ਅਜਿਹਾ ਬਿਆਨ ਦੇ ਕੇ ਉਹ ਫਸ ਚੁੱਕੇ ਨੇ ਹਾਊਸ ਆਫ ਕਾਮਨਜ਼ ਦੀ ਟ੍ਰਾਂਸਪੋਰਟੇਸ਼ਨ ਟ੍ਰਾਂਸਪੋਰਟ ਬੁਨਿਆਦੀ ਢਾਂਚਾ ਤੇ ਪਾਈਵਾਲੇ ਤੇ ਪਾਈਚਾਰਿਆ ਦੀ ਸਥਾਈ ਕਮੇਟੀ ਦੇ ਮੰਤਰੀ ਨੂੰ ਤਲਬ ਕਰਨ ਦੇ ਲਈ ਬੁੱਧਵਾਰ ਨੂੰ 11:00 ਦੇ ਨਾਲ ਵੋਟ ਦਿੱਤਾ ਗਿਆ ਕੰਜ਼ਰਵੇਟਿਵ ਮੰਤਰੀ ਮਾਰਕਸ ਸਟਾਰਲ ਨੇ ਟਿੱਪਣੀਆਂ ਨੂੰ ਇੱਕ ਕਟੜਪੰਥੀ ਨਿਧੀ ਕਿਹਾ ਹੈ ਉਹਨਾਂ ਕਹਿੰਦੇ ਕਿ ਮੰਤਰੀ ਦੀਆਂ ਵੰਡੀਆਂ ਪਾਉਣ ਵਾਲੀਆਂ ਟਿੱਪਣੀਆਂ ਉਹਨਾਂ ਦੀ ਆਪਣੀ ਸਥਿਤੀ ਨੂੰ ਸੁਬਾਈ ਰਾਜਧਾਨੀਆਂ ਸ਼ਹਿਰਾਂ ਦੇ ਵਿੱਚ ਦੂਰ ਦੁਰਾਡੇ ਦੇ ਭਾਈਚਾਰਿਆਂ ਤੇ ਦੋਸ਼ ਭਰਦੇ ਜੜਦੇਸ਼ ਭਰ ਦੇ ਆਦੀਵਾਸੀ ਭਾਈਚਾਰਿਆਂ ਦੇ ਵਿੱਚ ਖਤਰੇ ਦੀ ਘੰਟੀ ਵਜਾ ਰਹੀਆਂ ਨੇ ਉਹਨਾਂ ਕਹਿੰਦੇ ਕਿ ਇੰਜ ਕਈ ਆਮ ਟਿੱਪਣੀਆਂ ਨਹੀਂ ਹੁੰਦੀਆਂ ਬਲਕਿ ਕਾਨਫਰੰਸ ਦੇ ਦੌਰਾਨ ਬਕਾਇਦਾ ਇਹ ਟਿੱਪਣੀ ਕੀਤੀ ਗਈ ਹੈ ਇਹ ਕੈਨੇਡੀਅਨਸ ਨੂੰ ਸੰਦੇਸ਼ ਜਿਹੜੇ ਨੇ ਉਹ ਭੇਜਣ ਦੇ ਲਈ ਤਿਆਰ ਕੀਤੇ ਗਏ ਟਿੱਪਣੀ ਮੰਨੀ ਜਾ ਰਹੀ ਹੈ ਵਾਤਾਵਰਣ ਮੰਤਰੀ ਦੁਆਰਾ ਤਿਆਰ ਇਹ ਕੀਤੀਆਂ ਗਈਆਂ ਨੇ 12 ਫਰਵਰੀ ਨੂੰ ਗਿਲਬੌਰਟ ਮੌਂਟਰੀਅਲ ਦੇ ਵਿੱਚ ਇੱਕ ਜਨਤਕ ਆਵਾਜ਼ਈ ਵਕਾਲਾ ਸਮੂਹ ਦੇ ਲਈ ਫੰਡ ਰੇジング ਲੰਚ ਦੇ ਵਿੱਚ ਬੋਲੇ ਗਿਲਬੌਰਟ ਨੇ ਕਿ ਸਾਡੀ ਸਰਕਾਰ ਨੇ ਨਵੇਂ ਸੜਕੀ ਢਾਂਚੇ ਵਿੱਚ ਨਿਵੇਸ਼ ਬੰਦ ਕਰਨ ਦਾ ਫੈਸਲਾ ਕੀਤਾ ਹੈ ਬੇਸ਼ੱਕ ਅਸੀਂ ਮੌਜੂਦਾ ਨੈਟਵਰਕ ਨੂੰ ਕਾਇਮ ਰੱਖਣ ਦੇ ਲਈ ਸ਼ਹਿਰਾਂ ਪ੍ਰਾਂਤਾਂ ਤੇ ਪਰਦੇਸ਼ਾਂ ਲਈ ਉੱਤੇ ਹੁੰਦੇ ਰਵਾਂਗੇ ਪਰ ਫੈਡਰਲ ਸਰਕਾਰ ਦੇ ਵੱਲੋਂ ਸੜਕੀ ਨੈਟਵਰਕ ਨੂੰ ਵੱਡਾ ਕਰਨ ਦੇ ਲਈ ਕਈ ਹੋਰ ਜਿਹੜੇ ਨੇ ਕਹ ਲੋ ਕਿ ਹਸਿਲ ਬਣ ਚੀ ਜਾ ਰਹੇ ਅਸੀਂ ਜੋ ਵਿਸ਼ਲੇਸ਼ਣ ਕੀਤਾ ਹੈ ਉਹ ਇਹ ਹੈ ਕਿ ਸਾਡੀਆਂ ਲੋੜਾਂ ਦਾ ਜਵਾਬ ਦੇਣ ਲਈ ਨੈਟਵਰਕ ਪੂਰੀ ਤਰ੍ਹਾਂ ਟੁਕਵਾ ਹੈ ਦੋ ਦਿਨ ਬਾਅਦ ਗਲਬਰਟ ਨੇ ਆਟਵਾ ਦੇ ਵਿੱਚ ਪੁੱਛਗਿੱਛ ਕਰਨ ਤੇ ਟਿੱਪਣੀਆਂ ਵਾਪਸ ਲੈ ਲਈਆਂ ਗਲਬਰਟ ਨੇ ਕਿਹਾ ਹੈ ਕਿ ਬੇਸ਼ੱਕ ਅਸੀਂ ਸੜਕਾਂ ਲਈ ਫੰਡਿੰਗ ਕਰ ਰਹੇ ਹਾਂ ਸਾਡੇ ਕੋਲ ਸੜਕਾਂ ਨੂੰ ਫੰਡ ਦੇਣ ਦੇ ਲਈ ਪ੍ਰੋਗਰਾਮ ਵੀ ਹੈ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਅਜਿਹੇ ਵਿੱਚ ਇੱਕ ਰਾਸ਼ਟਰੀ ਮੁਸਲਿਮ ਸੰਸਥਾ ਅਤੇ ਕਈ ਲੋਕਲ ਮੁਸਲਿਮ ਸਮੂਹਾਂ ਨੇ ਐਮਪੀਜ਼ ਨੂੰ آگਾਹ ਕੀਤਾ ਹੈ ਕਿ ਜਦੋਂ ਤੱਕ ਉਹ ਗਾਜ਼ਾ ਦੇ ਵਿੱਚ ਜੰਗਬੰਦੀ ਦੀ ਮੰਗ ਨਹੀਂ ਕਰਦੇ ਸੰਯੁਕਤ ਰਾਸ਼ਟਰ ਏਜੰਸੀ ਦੀ ਸਹਾਇਤਾ ਬਹਾਲ ਨਹੀਂ ਕਰਦੇ ਤੇ ਜੰਗੀ ਅਪਰਾਧਾਂ ਲਈ ਇਜ਼ਰਾਈਲ ਦੀ ਨਿੰਦਾ ਨਹੀਂ ਕਰਦੇ ਉਦੋਂ ਤੱਕ ਕੈਂਪਸ ਦਾ ਮਸਜਿਦਾਂ ਵਿੱਚ ਸਵਾਗਤ ਨਹੀਂ ਹੈ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮ ਉਸੇ ਕਈ ਹੋਰ ਅਹਿਮ ਮਸਜਿਦਾ ਨੇ ਇੱਕ ਖੁੱਲੇ ਪੱਤਰ ਦੇ ਵਿੱਚ ਕਿਹਾ ਹੈ ਕਿ ਜਿਹੜੇ ਐਮਪੀਜ਼ ਇਹਨਾਂ ਮੰਗਾਂ ਨੂੰ ਜਨਤਕ ਤੌਰ ਤੇ ਪੂਰਾ ਕਰਨ ਤੋਂ ਇਨਕਾਰ ਕਰਨਗੇ ਉਹਨਾਂ ਨੂੰ ਸਾਡੀਆਂ ਸੰਗਤਾਂ ਨੂੰ ਸੰਬੋਧਨ ਕਰਨ ਲਈ ਪਲੇਟਫਾਰਮ ਨਹੀਂ ਦਿੱਤਾ ਜਾਏਗਾ ਜੇਕਰ ਤੁਸੀਂ ਜਨਤਕ ਤੌਰ ਦੇ ਉੱਤੇ ਉਪਰੋਕਤ ਸਾਡੀਆਂ ਗੱਲਾਂ ਦੇ ਲਈ ਵਚਨਬੱਧ ਨਹੀਂ ਹੋ ਸਕਦੇ ਤਾਂ ਸਤਿਕਾਰ ਦੇ ਨਾਲ ਅਸੀਂ ਤੁਹਾਨੂੰ ਆਪਣੀਆਂ ਸੰਗਤਾਂ ਨੂੰ ਸੰਬੋਧਨ ਕਰਨ ਲਈ ਇੱਕ ਪਲੇਟਫਾਰਮ ਜਿਹੜਾ ਪ੍ਰਦਾਨ ਨਹੀਂ ਕਰਾਂਗੇ ਰਫਜ਼ਾਨ ਦੇ ਜਿਹੜਾ ਉਹ ਮਨੁੱਖਤਾ ਨੂੰ ਪੈਗਾਮ ਦੇਣ ਵਾਲਾ ਮਹੀਨਾ ਹੈ ਇਸ ਰਮਜ਼ਾਨ ਦੇ ਵਿੱਚ ਪਹਿਲਾਂ ਨਾਲੋਂ ਵੱਧ ਸਿਰਫ ਓ ਐਮ ਪੀਜ਼ ਜੋ ਮਨੁੱਖਤਾ ਪ੍ਰਤੀ ਸਾਡੀ ਵਚਨਬੱਤਾ ਵਿੱਚ ਹਿੱਸਾ ਲੈਂਦੇ ਨੇ ਸਾਡੇ ਪਵਿੱਤਰ ਸਥਾਨਾਂ ਦੇ ਵਿੱਚ ਸਾਨੂੰ ਸੰਬੋਧਨ ਕਰਨ ਲਈ ਉਹਨਾਂ ਦਾ ਹੀ ਸਵਾਗਤ ਹੋਵੇਗਾ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐਮ ਪੀਜ਼ ਨੂੰ ਇਜ਼ਰਾਈਲ ਦੇ ਵੱਲ ਹਥਿਆਰ ਅਤੇ ਫੌਜੀ ਸਾਜ਼ੋ-ਸਮਾਨ ਦੇ ਪ੍ਰਵਾਹ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਬਦਲੇ ਦੇ ਡਰ ਤੋਂ ਬਿਨਾਂ ਪੈਲਸਤਿਨੀ ਲੋਕਾਂ ਦੇ ਨਾਲ ਇੱਕ ਜੁਟਤਾ ਪ੍ਰਗਟ ਕਰਨ ਦੇ ਕੈਨੇਡੀਅਨਸ ਦੇ ਅਧਿਕਾਰ ਲਈ ਖੜੇ ਹੋਣਾ ਚਾਹੀਦਾ ਹੈ Canadian Council of Imams ਉਹਨਾਂ ਸੈਂਕੜੇ ਸੰਸਥਾਵਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਪੱਤਰ ਤੇ ਦਸਖਤ ਕੀਤੇ ਨੇ ਸੀਸੀਆਈ ਦੇ ਨਿਰਦੇਸ਼ਕ ਅਬਦ ਅਲਫਤਾ ਨੇ ਕਿਹਾ ਹੈ ਕਿ ਇਹ ਪੱਤਰ ਸਿਆਸਤਦਾਨਾਂ ਨੂੰ ਇੱਕ ਸੁਨੇਹਾ ਭੇਜ ਰਿਹਾ ਹੈ ਗਾਜ਼ਾ ਵਿੱਚ ਯੁੱਧ 7 ਅਕਤੂਬਰ 2023 ਨੂੰ ਹਮਾਸ ਦੇ ਜਿਹੜੇ ਫਾਈਟਰ ਨੇ ਉਹਨਾਂ ਵੱਲੋਂ ਇਜ਼ਰਾਈਲ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਵਿੱਚ ਇਜ਼ਰਾਈਲ ਅਨੁਸਾਰ ਕਈ ਕੈਨੇਡੀਅਨ ਨਾਗਰਿਕਾਂ ਸਮੇਤ 1200 ਲੋਕ ਜਿਹੜੇ ਮਾਰੇ ਗਏ ਸਨ ਜਵਾਬ ਵਿੱਚ ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਜ਼ਬਰਦਸਤ ਫੌਜੀ ਕਾਰਵਾਈ ਕੀਤੀ ਜਿਸ ਵਿੱਚ ਪੈਲਸਤੀਨੀ ਅਧਿਕਾਰੀਆਂ ਅਨੁਸਾਰ 28000 ਤੋਂ ਵੱਧ ਪੈਲਸਤੀਨੀਆਂ ਦੀ ਮੌਤ ਹੋ ਗਈ ਹੁਣ ਇਜ਼ਰਾਈਲ ਇਲਾਕੇ ਦੇ ਆਖਰੀ ਸੁਰੱਖਿਅਤ ਸਥਾਨ ਰਫਾ ਦੇ ਵਿੱਚ ਵੀ ਫੌਜੀ ਕਾਰਵਾਈ ਕਰ ਰਿਹਾ ਹੈ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਹਮਾਸ ਦੇ ਜਿਹੜੇ ਫਾਈਟਰ ਨੇ ਉੱਥੇ ਪਨਾਹ ਉਹਨਾਂ ਨੇ ਲਈ ਤੀ ਹੋਈ ਹੈ ਪਿਛਲੇ ਮਹੀਨੇ ਦੇ ਅਖੀਰ ਇਸ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਦੱਖਣੀ ਅਫਰੀਕਾ ਦੇ ਦਾਅਵੇ ਤੇ ਇੱਕ ਅੰਤਰੀਮ ਅਮਰਜੈਂਸੀ ਹੁਕਮ ਜਾਰੀ ਕੀਤਾ ਸੀ ਕਿ ਗਾਜ਼ਾ ਵਿੱਚ ਜਨਜਾਗ ਜਿਹੜੀ ਨਸਲਕੋਸ਼ੀ ਦੇ ਬਰਾਬਰ ਹੈ ਅਦਾਲਤ ਨੇ ਇਜ਼ਰਾਈਲ ਨੂੰ ਗਾਜ਼ਾ ਵਿੱਚ ਆਪਣੀ ਜੰਗ ਵਿੱਚ ਨਸਲਕੋਸ਼ੀ ਨੂੰ ਰੋਕਣ ਤੇ ਇਸ ਨੂੰ ਭੜਕਾਉਣ ਵਾਲਿਆਂ ਨੂੰ ਸਜ਼ਾ ਦੇਣ ਲਈ ਉਪਾਅ ਕਰਨ ਦਾ ਹੁਕਮ ਦਿੱਤਾ ਸੀ ਪਰ ਜੰਗਬੰਦੀ ਦਾ आदेश ਨਹੀਂ ਦਿੱਤਾ ਉਹ ਉਸ ਫੈਸਲੇ ਨੇ ਲਿਬਰਲ ਸਰਕਾਰ ਦੇ ਕੌਕਸ ਨੂੰ ਵੰਡ ਦਿੱਤਾ ਜਿੱਥੇ ਕੁਝ ਐਮਪੀਜ਼ ਨੇ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ ਉੱਥੇ ਹੀ ਕੁਝ ਨੇ ਨਸਲਕੁਸ਼ੀ ਦੇ ਦਾਅਵੇ ਦੇ ਖਿਲਾਫ ਅਸਹਿਮਤੀ ਪ੍ਰਗਟਾਈ ਮਸਜਿਦਾਂ ਤੇ ਮੁ슬ਮ ਭਾਈਚਾਰੇ ਦੀਆਂ ਸੰਸਥਾਵਾਂ ਸਿਆਸਤਦਾਨਾਂ ਦੇ ਪ੍ਰਚਾਰ ਦੇ ਲਈ ਪ੍ਰਸਿੱਧ ਸਥਾਨ ਰਹੇ ਨੇ ਅਤੇ ਆ ਅਤੀਤ ਦੇ ਵਿੱਚ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਮਜ਼ਾਨ ਤੋਂ ਪਹਿਲਾਂ ਦੇ ਸਮਾਗਮਾਂ ਲਈ ਦੇਸ਼ ਭਰ ਦੀਆਂ ਮਸਜਿਦਾਂ ਦਾ ਦੌਰਾ ਕਰਦੇ ਰਹੇ ਨੇ ਜਿੱਥੇ ਸਮਰਥਕਾਂ ਦੀ ਭੀੜ ਦੁਆਰਾ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਪਰ ਇਸ ਵਾਰ ਮੰਗ ਰੱਖੀ ਗਈ ਹੈ ਬੀਸੀ ਦੇ ਵਿੱਚ ਮੈਂਟਲ ਹੈਲਥ ਇਸ਼ੂ ਜਿਹੜੇ ਨੇ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਨੌਜਵਾਨਾਂ ਦੇ ਵਿੱਚ ਇਹ ਵੱਧ ਹੋ ਰਹੇ ਨੇ ਨੁਕਸਾਨ ਪਹੁੰਚਾਉਣ ਬਾਰੇ ਵੱਧ ਇਹ ਜਿਹੜੇ ਨੌਜਵਾਨ ਨੇ ਉਹ ਸੋਚ ਰਹੇ ਨੇ ਤੇ ਕਟਨਾਵਾ ਵਿਵਾਦ ਰਿਆਂ ਨੇ ਖੁਦ ਨੂੰ ਨੁਕਸਾਨ ਪਹੁੰਚਾਉਣ ਬਾਰੇ ਇਸ ਦੇ ਕਾਰਨ ਕੀ ਹੈ ਇਸ ਬਾਰੇ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਰਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕਿ ਜਿਹੜੇ ਨੌਜਵਾਨ ਨੇ ਯੂਥ ਸੈਲਫ ਹਰਮ ਭਾਵ ਕਿ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵੱਧ ਰਹੇ ਨੇ ਇਹਦੇ ਕਾਰਨ ਸਕੀਨ ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਹੈ ਉਹਨਾਂ ਤੋਂ ਜਾਣਦੇ ਨਾਟਕ ਸਾਹਿਬ ਬਹੁਤ ਬਹੁਤ ਸਵਾਗਤ ਹੈ ਇਹਦਾ ਕੀ ਕਾਰਨ ਹੈ ਜੀ ਸਟੱਡੀ ਜਿਹੜੀ ਹੈਗੀ ਆ ਉਹ ਪ੍ਰਕਾਸ਼ਿਤ ਹੋ ਗਈ ਹੈ ਕੱਲ੍ਹ ਪ੍ਰਕਾਸ਼ਿਤ ਹੋਈ ਹੈ ਔਰ ਹਰ ਪੰਜ ਵਰੇ ਇਹ ਸਟੱਡੀ ਹੁੰਦੀ ਆ ਰਹੀ ਪਿਛਲੇ 30 ਵਰੇ ਤੋਂ ਇਹ ਕੰਮ ਚੱਲ ਰਿਹਾ ਹੈ ਬ੍ਰਿਟਿਸ਼ ਕੋਲੰਬੀਆ 'ਚ ਔਰ ਹਰ ਸਵੇਰ ਆਪਣੇ ਜਿਹੜੇ ਨੌਜਵਾਨ ਆ ਜਿਹੜੇ ਸਾਡੇ ਯੂਥ ਆ ਆਉਣ ਵਾਲੇ ਸਾਡੇ ਵਰਕਰਸ ਆ ਲੀਡਰਸ ਆ ਉਹਨਾਂ ਦੀ ਦੇਖ ਰਿਕ ਰੱਖਦੀ ਆ ਵੀ ਉਹਨਾਂ ਦੀ ਸ਼ਰੀਰਿਕ ਹਾਲਤ ਕਿੱਦਾਂ ਮਾਨਸਿਕਤਾ ਕਿੱਦਾਂ ਤੇ ਇੱਕ ਸੁਸਾਇਟੀ ਹੈਗੀ ਨਾਨ-ਪ੍ਰੋਫਿਟ ਸੁਸਾਇਟੀ ਮੈਕਰਰੀ ਸੈਂਟਰ ਉਹਦੇ ਜਿਹੜੇ ਹੈੱਡ ਹੈਗੇ ਆ ਐਨੀ ਸਮਿਥ ਉਹ ਪਿਛਲੇ ਕਰੀਬਨ ਵੀ ਸਾਲਾਂ ਤੋਂ ਇਹਦੇ ਵਿੱਚ ਇਨਵੋਲਡ ਨੇ ਤੇ ਉਹਨਾਂ ਨੇ ਜਿਹੜੇ ਹੁਣ ਸਟੱਡੀ ਦੇ ਆਂਕੜੇ ਦਿੱਤੇ ਆ ਹਰ 5 ਸਾਲ ਬਾਅਦ ਸਟੱਡੀ ਹੁੰਦੀ ਆ ਸੋ ਅਗਲੀ ਸਟੱਡੀ 2028 'ਚ ਹੋਊਗੀ 2023 ਦੀ ਜਿਹੜੀ ਸਟੱਡੀ ਹੈਗੀ ਉਹਦੇ ਆਂਕੜੇ ਉਹਨਾਂ ਨੇ ਦੱਸਿਆ ਵੀ ਜਿਹੜੇ ਸਾਡੇ ਨੌਜਵਾਨ ਹੈਗੇ ਆ ਜਦੋਂ ਆਪਾਂ ਟੀਨੇਜ ਕਹੀਏ ਹੈਨਾ ਆਪਾਂ ਕਹਿੰਦੇ 11 12 ਫਿਰ 13 ਟੀਨ ਹੋ ਗਿਆ ਸੋ ਟੀਨ 19 ਤੱਕ ਚੱਲਦਾ ਸੋ ਉਦੋਂ ਤੱਕ ਮੋਸਟਲੀ ਬੱਚੇ ਜਿਵੇਂ ਹਾਈ ਸਕੂਲ ਦੇ ਲੱਗੇ-ਚੱਗੇ ਹੁੰਦੇ ਆ ਜਾਂ ਜਾਨ ਵਾਲੇ ਹੁੰਦੇ ਆ ਤੇ ਹਾਈ ਸਕੂਲ ਦੇ ਵਿੱਚ ਹੀ ਹੁੰਦੇ ਆ ਔਰ ਕਾਫੀ ਬੱਚੇ 18 ਸਾਲ ਕੁਛ 19 ਸਾਲ ਦੇ ਵੀ ਹੁੰਦੇ ਸਕੂਲੇ ਜਿਹੜੇ ਲੇਟ ਐਂਟਰੀ ਹੁੰਦੇ ਤੇ ਬ੍ਰਿਟਿਸ਼ ਕੋਲੰਬੀਆ ਚ ਨਾ 60 ਸਕੂਲ ਡਿਸਟ੍ਰਿਕਟ ਹੈਗੇ ਆ ਤੇ ਉਹਦੇ ਵਿੱਚ 59 59 ਸਕੂਲ ਡਿਸਟ੍ਰਿਕਟ ਨੇ ਪਾਰਟਿਸਿਪੇਟ ਕੀਤਾ ਤੇ 38500 ਬੱਚਿਆਂ ਨੇ ਇਸ ਸਰਵੇਕਸ਼ਨ 'ਚ ਹਿੱਸਾ ਲਿਆ ਸੋ ਇਹ ਦੱਸਦਾ ਵੀ ਕਰੀਬਨ 98% 58% ਇਹ ਡੇਟਾ ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ ਦੇ ਯੂਥ ਦਾ ਹੈਗਾ ਜਿਹੜੇ ਸਕੂਲਾਂ 'ਚ ਪੜ ਰਹੇ ਆ। ਔਰ ਇਹ ਡੇਟਾ ਜਿਹੜਾ ਹੈਗਾ ਇਹਨਾਂ ਕੋਈ ਵਧੀਆ ਨਹੀਂ ਇਸ ਸਾਲ ਆਇਆ ਕਿਉਂਕਿ ਉਹਦਾ ਇੱਕ ਮੇਨ ਰੀਜ਼ਨ ਇਹ ਵੀ ਡਾਕਟਰ ਐਨੀ ਸਮਿਥ ਦੱਸ ਰਹੀ ਆ ਵੀ ਹੋ ਸਕਦਾ ਵੀ ਕੋਵਿਡ ਕਰਕੇ ਮਾਨਸਿਕਤਾ ਦੇ ਉੱਤੇ ਅਸਰ ਪਿਆ ਹੋਵੇ ਬਹੁਤ ਸਾਰਿਆਂ ਦੇ ਉੱਤੇ ਪਿਆ ਤੇ ਯੂਥ ਦੇ ਉੱਤੇ ਵੀ ਪਿਆ ਹੋਵੇ। ਉਹਨਾਂ ਨੇ ਦੇਖਿਆ ਵੀ ਕੁਝ ਖੱਟੇ ਇਹਦੇ ਵਿੱਚ ਹੈਗੇ ਆ ਸਾਡੇ ਲਈ ਸੋਲੋਗਰਨ ਵਾਸਤੇ ਕੁਝ ਮਿੱਠੀਆਂ ਚੀਜ਼ਾਂ ਵੀ ਹੈਗੀਆਂ ਜਿਹੜੀ ਮਿੱਠੀ ਚੀਜ਼ ਐਸੀ ਵੀ ਜਿਹੜੀ ਸੋਸਾਇਟੀ ਦੀ ਦਰ ਆ ਉਹ ਘਟੀ ਪਹਿਲਾਂ ਉਹ ਕਰੀਬਨ 8-9% ਹੁੰਦੀ ਸੀ ਉਹ ਹੁਣ 5% ਤੇ ਆ ਵੀ ਉਹ ਕਪ ਕਪ 5% ਜਿਹੜੇ ਸਾਡੇ ਯੂਥ ਆ ਉਹ ਆਤਮ ਹੱਤਿਆ ਕਰਨ ਨੂੰ ਤੁਰ ਪਰ ਲੇਕਿਨ ਬੈਡ ਨਿਊਜ਼ ਐਸੀ ਵੀ ਕਰੀਬਨ 18% ਨੇ ਖੁਆਬ ਆਇਆ ਵੀ ਉਹਨਾਂ ਦੇ ਮਨ 'ਚ ਇਹ ਵਿਚਾਰ ਆਇਆ ਜਿਹੜੇ ਬਹੁਤ ਜ਼ਿਆਦਾ ਵਧੇ 12% ਤੋਂ 18% ਤੇ ਚਲੇ ਗਏ ਪਿਛਲੇ 5 ਵਰੇ ਚ ਸੋ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਆਇਆ ਵੀ ਯਾਰ ਜ਼ਿੰਦਗੀ ਨਿਰਾਸ਼ਜਨਕ ਹੈਗੀ ਆ ਸਾਨੂੰ ਜੀਕੇ ਕੀ ਲੈਣਾ ਉਹਨਾਂ ਦੇ ਮਨ 'ਚ 네ਗੇਟਿਵ ਖੁਆਬ ਆਇਆ ਸੀ ਕੋਰੋਨਾ ਨੇ ਇਹ ਸਰਵੇਖਣ 'ਚ ਦੱਸਿਆ ਦੁਜਾ ਉਹਨਾਂ ਨੇ ਦੇਖਿਆ ਵੀ ਸੈਲਫ ਹਰਮ ਵੀ ਆਪਣੇ ਆਪ ਨੂੰ ਤੁਸੀਂ ਨੁਕਸਾਨ ਪਹੁੰਚਾਉਣਾ ਸ਼ਰੀਰ ਨੂੰ ਉਹਦੇ ਉਹਨਾਂ ਨੇ ਦੇਖਿਆ ਵੀ ਕਈ ਪੈਮਾਨੇ ਹੋ ਸਕਦੇ ਇਕ ਤਰ੍ਹਾਂ ਹੈਗਾ ਵੀ ਬਲੇਡ ਦੇ ਨਾਲ ਛੁਰੀ ਦੇ ਨਾਲ ਥੋੜਾ ਥੋੜਾ ਕੱਟ ਮਾਰੀ ਜਾਓ ਮੜਾ ਮੜਾ ਬਲੀਡਿੰਗ ਕੱਟੀ ਜਾਓ ਮਰਨ ਦਾ ਉਹਨਾਂ ਦਾ ਵਿਚਾਰ ਨਹੀਂ ਹੈ ਲੇਕਿਨ ਸੈਲਫ ਹਰਮ ਦਾ ਵਿਚਾਰ ਹੈ ਵੀ ਉਹ ਨਾਕੁਸ਼ ਨੇ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਵੀ ਉਹ ਸ਼ਾਇਦ ਕੱਟ-ਕੁਟ ਕਰਕੇ ਕੁਝ ਮਾਪੇਬ ਦੇਖ ਲੈਣ ਕੁਝ ਫਰੈਂਡਸ ਦੇਖ ਲੈਣ ਟੀਚਰ ਦੇਖ ਲੈਣ ਤਾਂ ਉਹਨਾਂ ਨੂੰ ਕੁਝ ਸਰਵਿਸਿਜ਼ ਵੀ ਮਿਲ ਜਾਏਗਾ ਨਾ ਬੇਕੋ ਉਹਨਾਂ ਦਾ ਐਕਟਿੰਗ ਆਊਟ ਬਿਹੇਵੀਅਰ ਹੈ ਕਈਆਂ ਨੇ ਉਹ ਨਹੀਂ ਕੀਤਾ ਕਈਆਂ ਨੇ ਇਹ ਕੀਤਾ ਵੀ ਅਸੀਂ ਨਾ ਖਾਣਾ ਬੰਦ ਕਰ ਦੇਣਾ ਸਰੀਰ ਜਿਹੜਾ ਹੈਗਾ ਘਟਾ ਦੇਣਾ ਵੀ ਸੈਲਫ ਹਰਮ ਕਰਨਾ ਸਰੀਰ ਨੂੰ ਰੋਟੀ ਪਾਣੀ ਨਹੀਂ ਦੇ ਕੇ ਕਈਆਂ ਨੇ ਉਹ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਨਾ ਸਰੀਰ ਨੂੰ ਇੰਨਾ ਐਕਸਰਸਾਈਜ਼ ਤੇ ਤਸੀਹਾ ਦੇਣਾ ਵੀ ਸਰੀਰ ਜਿਹੜਾ ਹੈਗਾ ਉਹ ਡੈਮੇਜ ਹੋਵੇ ਔਰ ਕਈਆਂ ਨੇ ਐਕਸਰਸਾਈਜ਼ ਦੀ ਹੱਦ ਇਦਾਂ ਦੀ ਕਰ ਦਿੱਤੀ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਸੱਟ ਲੱਗੀ ਵੀ ਗਿੱਟੇ ਗੋਡੇ ਵੀ ਉਹਨਾਂ ਦੇ ਖਰਾਬ ਔਰ ਕਈ ਫਿਰ ਨਸ਼ੇੜੀ ਵੀ ਹੋ ਗਏ ਸੋ ਇਹ ਸੈਲਫ ਹਰਮ ਦੀ ਜਿਹੜੀ ਦਰ ਹੈ ਇਹ ਵੀ ਵਧੀ ਹੈ ਹਰੇ ਕਿਤੇ ਕਿਤੇ 18 19% ਤੇ ਲੱਗੇ ਜਾ ਕੇ ਪਹੁੰਚ ਗਏ ਸੋ ਕਹਿੰਦਾ ਮਨੋਰਥ ਹੈ ਹਰ ਚੌਥਾ ਪੰਜਵਾਂ ਜਿਹੜਾ ਸਾਡਾ ਯੂਥ ਹੈ ਸੋ ਸੋ ਦੇ ਚੋਂ ਪੰਜ ਜਾਂ ਛੇ ਜਿਹੜੇ ਯੂਥ ਹੈਗੇ ਆ ਮਤਲਬ ਉਹ ਮਤਲਬ ਤਾਂ ਸੋਸਾਇਟੀ ਬਾਰੇ ਸੋਚ ਰਹੇ 5% ਜਿਨ੍ਹਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਹੋਰ ਕਰੀਬਨ 18% ਹੋ ਨੇ ਜਿਹੜੇ ਬੋਡੀ ਨੂੰ ਹਾਰਮ ਦੇ ਰਹੇ ਹੋ ਨਾ ਖੁਸ਼ ਆ ਮਾਨਸਿਕਤਾ ਖਰਾਬ ਹੋਈ ਸਟੱਡੀ ਚ ਇਹਨਾਂ ਨੇ ਇਹ ਵੀ ਦੇਖਿਆ ਵੀ ਜਿਹੜਾ ਯੂਥ ਆ ਉਹਨੂੰ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਚਾਹੀਦੀ ਹੈ ਜਿਆਦਾ ਵੀ ਮਿਲੇ ਤਾਂ ਅੱਛੀ ਗੱਲ ਹੈ ਕਿਉਂਕਿ ਉਹਨਾਂ ਦਾ ਸਰੀਰ ਦਾ ਵਿਕਾਸ ਹੋ ਰਿਹਾ ਜਿਦੈ ਇੱਕ ਨਿੱਕਾ ਨਿਆਣਾ ਤੁਸੀਂ ਦੇਖੋ 18-20 ਘੰਟੇ ਸੌਂਦਾ ਤੇ ਹਰ ਰੋਜ਼ ਉਹਦਾ 30 ਗ੍ਰਾਮ weight ਵੀ ਵੱਧਦਾ ਸੋ ਗ੍ਰੋਥ ਹਾਰਮੋਨ ਉਹਦਾ ਸੈਕ੍ਰੀਟ ਹੁੰਦਾ ਬੋਡੀ ਦਾ ਵਿਕਾਸ ਹੁੰਦਾ ਸੈਕੰਡ ਬੋਡੀ ਦਾ ਵਿਕਾਸ ਹੋਣਾ ਜਦੋਂ ਪਰ ਪਿਊਬਰਟੀ ਦੇ ਥਰੂ ਕੋਈ ਜਦੋਂ ਅਸੀਂ ਜਵਾਨ ਹੋਣ ਲੱਗੇ ਉਦੋਂ ਵੀ ਨੀਂਦ ਜ਼ਿਆਦਾ ਚਾਹੀਦੀ ਹੈ ਔਰ ਜਿਹੜੇ ਟੀਨੇਜਰਸ ਨੇ ਰਿਪੋਰਟ ਕੀਤਾ ਵੀ ਉਹਨਾਂ ਨੂੰ ਘੱਟ ਤੋਂ ਘ ਉਹ 78% ਖੁਸ਼ ਸਨ ਵੀ ਉਹਨਾਂ ਨੂੰ ਕੋਈ ਮਾਨਸਿਕਤਾ ਦੀ ਪ੍ਰੋਬਲਮ ਨਹੀਂ ਔਰ ਜਿਨ੍ਹਾਂ ਨੂੰ 8 ਘੰਟੇ ਤੋਂ ਥੱਲੇ ਨੀਂਦ ਮਿਲੀ ਉਹ ਸਿਰਫ 48% ਖੁਸ਼ ਸਨ ਆਟੋ ਨਿਰਵਾਤਾ ਦਾ ਕਹਿਣਾ ਹੈ ਕਿ ਟ੍ਰਾਂਸਮਿਸ਼ਨ ਦੀ ਸਮੱਸਿਆ ਕਾਰਨ 28000 ਤੋਂ ਵੱਧ ਟੋਇਟਾ ਵਾਹਨਾਂ ਨੂੰ ਵਾਪਸ ਬੁਲਾਇਆ ਗਿਆ ਹੈ ਜਿਸ ਕਾਰਨ ਕ੍ਰੈਸ਼ ਹੋ ਸਕਦਾ ਹੈ ਟੋਇਟਾ ਕੈਨੇਡਾ ਦਾ ਕਹਿਣਾ ਹੈ ਕਿ ਉਹ ਆਪਣੇ 2023 24 ਮਾਡਲ ਜਿਹੜੇ ਨੇ ਉਹਨਾਂ ਦੇ ਸਾਲ ਟੋਇਟਾ ਟੋਂਡਰਾ ਤੇ ਸਕੁਆਇਰ ਵਾਹਨਾਂ ਨੂੰ ਦੇਸ਼ ਪਰਤੋ ਵਾਪਸ ਬੁਲਾ ਰਹੇ ਨੇ ਉਹ ਇਹ ਕਹਿੰਦੇ ਹੋਏ ਕਿ ਜਦੋਂ ਕਾਰ ਨਿਰਪੱਖ ਹੁੰਦੀ ਹੈ ਤਾਂ ਟਰਾਂਸਮਿਸ਼ਨ ਦੇ ਕੁਝ ਹਿੱਸੇ ਤੁਰੰਤ ਬੰਦ ਨਹੀਂ ਹੋ ਸਕਦੇ ਜੋ ਪਹੀਆਂ ਨੂੰ ਚੱਲਦਾ ਰੱਖ ਸਕਦਾ ਹੈ ਟੋਇਟਾ ਕੈਨੇਡਾ ਦਾ ਕਹਿਣਾ ਹੈ ਕਿ ਜਦੋਂ ਇਹ ਸੰਤਲ ਸਤਾ ਹੁੰਦੀ ਹੈ ਤਾਂ ਕੋਈ ਬ੍ਰੇਕ ਨਹੀਂ ਲਗਾਈ ਜਾਂਦੀ ਤਾਂ ਵਾਹਨ ਦੇ ਘੱਟ ਰਫ਼ਤਾਰ ਨਾਲ ਅੱਗੇ ਵਧਣ ਦਾ ਜੋਖਮ ਹੁੰਦਾ ਹੈ ਆਟੋ ਨਿਰਮਾਤਾ ਕੰਪਨੀ ਗਾਹਕਾਂ ਨੂੰ ਸੌਫਟਵੇਅਰ ਅਪਡੇਟ ਲਈ ਆਪਣੇ ਵਾਹਨ ਟੋਇਟਾ ਤੇ ਲੈਕਸਸ ਲੀਡਰਾਂ ਦੇ ਕੋਲ ਲਿਆਉਣ ਲਈ ਕਹਿ ਰਹੀ ਹੈ ਜੋ ਕਿ ਮੁਫਤ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਹਤ ਵਾਹਨਾਂ ਦੇ ਮਾਲਕਾਂ ਨੂੰ ਅਪ੍ਰੈਲ ਦੇ ਅਖੀਰ ਤੱਕ ਸੂਚਿਤ ਕੀਤਾ ਜਾਏਗਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।